আসসালামু আলাইকুম सबको मेरा सलाम ते या मेरे वीडियो देखण वाले मेरे ब्लॉग को देखण वाले मेरे चैनल को सब्सक्राइब करण वाले ते मेरे सब ਛੋਟੇ ਵੱਡਿਆਂ ਨੂੰ ਸਲਾਮ ਸਤਿ ਕੀਆ ਜੀ ਅੱਜ ਮੈਂ ਆਪਣੇ ਬਾਜ਼ਾਰ ਦੇ ਵਿਜ਼ਿਟ ਤੇ ਇੱਕ ਵਲੌਗ ਬਣੇ ਨੀ ਪਿਆ ਸਮਾਨ ਉੱਤੇ ਕਿਉਂਕਿ ਮੈਂ ਸਮਾਨ ਵੀ ਗਿਣਣਾ ਹੀ ਪਾਲਰ ਦਾ ਤੁਹਾਨੂੰ ਪਤਾ ਹੈ ਸ਼ਾਦੀਆਂ ਦਾ ਸੀਜ਼ਨ ਹੈ ਤੇ ਆਈ ਦੀ ਸਮਾਨ ਖਤਮ ਥਿਆ ਪਿਆਉਂਦੇ ਤੇ ਵੱਲੋਂ ਗਿਣਣਾ ਪਉਂਦੇ ਮੈਂ ਹਰ ਦਫਾ ਵੇਂਦੀ ਤਾਂ ਆਪਣੇ ਖਾਵੰਦ ਨਾਲ ਲੈ ਲਕਿਨ ਉਹ ਬਾਈਕ ਤੇ ਗਿਣ ਮੈਨ ਰਸ਼ ਹੁੰਦੇ ਕਿ ਅੰਦਰੋਂ ਬਾਜ਼ਾਰੇ ਚੂਟ ਚੀਜ਼ ਗਿਣਣੀ ਆਉਂਦੀ ਹੈ ਬਾਹਰੋਂ ਤਾਂ ਇਹ ਚੀਜ਼ਾਂ ਸਕੂ ਮਿਲ ਨਹੀਂ ਸਕਦੇ ਅਵੇਲੇਬਲ ਹੁੰਦੇ ਕਹਿੰਦੇ ਜਿਹੜਾ ਪਾਲਰ ਦਾ ਸਮਾਨ ਹੁੰਦੇ ਕੁਝ ਐਸੀ ਚੀਜ਼ਾਂ ਉਹਨਾਂ ਜੜੇ ਅੰਦਰੂਈ ਕਿਨਣੇ ਪਾਉਣ ਤੇ ਮੈਂ ਆਟੋ ਤੇ ਗਈਆਂ ਤੇ ਮੈਂ ਆਪਣੀ ਬੇਟੀ ਨੂੰ ਨਾਲ ਲੈ ਗਈਆਂ ਕਿਉਂਕਿ ਇਕ ਬੰਦਾ ਨਹੀਂ ਵੀਡੀਓ ਨਹੀਂ ਬੜਾ ਸਕਦਾ ਨਾ ਗਾਲ ਕਰ ਸਕਦੇ ਮਤਲਬ ਹੁਣ ਕੋਈ ਸਮਾਨ ਘਿੰਣ ਖੜੋ ਨਾ ਤੇ ਇਹ ਵੀਡੀਓ ਬੜਾਉ ਅਜੀਬ ਜਿਹਾ ਦਿਮਾਗ ਹੋ ਜਾਂਦਾ ਤਾਂ ਮੈਂ ਆਪਣੀ ਵੱਡੀ ਬੇਟੀ ਨੂੰ ਫਸਟ ਟਾਈਮ ਉਹ ਕੋ ਗੇਨ ਕੇ ਗਈਆਂ ਨਾਲ ਤੇ ਉਹ ਮੇਰੀ ਬੇਟੀ ਥੋੜੇ ਜਿਹਾ ਕਨਫਿਊਜ਼ ਸੀ ਗਈ ਹੈ ਕਿਉਂਕਿ ਰਸ਼ ਬਹੁਤ ਜ਼ਿਆਦਾ ਹੈ ਸੰਡੇ ਆਈ ਤੇ ਲੋਕ ਇਵੇਂ ਪਾਗਲ ਤੇ ਪਿਆਨ ਬਾਜ਼ਾਰੇ ਜਿਵੇਂ ਰਾਤ ਸ਼ਾਂਦ ਰਾਤ ਹੋਵੇ ਤੇ ਇਤਨਾ ਰਸ਼ ਹੈ ਇਤਨਾ ਰਸ਼ ਬਹੁਤ ਜ਼ਿਆਦਾ ਤੇ ਅਸਾਂ ਓਟੋ ਤੇ ਗਏ ਸੀ ਤੇ ਅਸਾਂ ਮੰਨਣਾ ਵੀ ਮੇਨ ਰਿੰਗੀਲਾ ਬਾਜ਼ਾਰ ਹੈ ਚਈ ਕੰਮ ਸਾਰਾ ਤੇ ਅਸਾ ਉਥੇ ਹੀ ਚਲੇ ਗਏ ਸੈਂ ਤੇ ਜਿਹੜਾ ਹੈ ਨਾ ਆਟੋ ਤੇ ਕਿਸੇ ਤੇ ਉਹਦੇ ਬਾਅਦ ਅਸਾ ਸਾਡਾ ਪਹਿਲਾ ਸਟਾਪ ਹੈ ਗੰਦੀ ਗਲੀ ਵਾਲੀ ਸਾਈਡ ਤੋਂ ਕਿਉਂਕਿ ਅਗਰ ਅਸਾ ਫਰੀਦ ਗੇਟ ਵਾਲੀ ਸਾਈਡ ਤੋਂ ਬਨੂ ਆਣਾ ਤਾਂ ਬਹੁਤ ਜ਼ਿਆਦਾ ਲੰਬਾ ਸਫ਼ਰ ਥੀ ਵਿੰਦੇ ਟੁਰਦੇ ਟੁਰਦੇ ਮਤਲਬ ਪਹੁੰਚਦੇ ਤੱਕ ਥੱਕ ਵਿੰਦੇ ਇਹ ਮੇਜਾ ਕਰ ਲੂੰ ਕੱਲ ਮੈਂ ਬੜੀ ਲੇਟ થઈ ਗਈ ਆ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਇਤਨਾ ਲੇਟ થઈ ਆ ਨਹੀਂ ਤਾਂ ਅਸਾਂ ਵੇਂਦੇ ਸੇ ਘੰਟਾ 2 ਘੰਟੇ ਮਤਲਬ ਲੱਗ ਵੇ ਨੇ ਲੇਕਿਨ ਕੱਲ ਤਾਂ ਆਤੀ ਗਏ ਅਸਾਂ ਦੁਪਹਿਰ ਨੂੰ ਗਏ ਸੇ 12 ਵਜੇ ਤੇ ਰਾਤ ਦੇ ਅਸਾਂ 7-8 ਵਜੇ ਵਾਪਸ ਆਏ ਸੇ ਤੇ ਟੋਟ ਟੋਰ ਤੇ ਪੇਰਾਂ ਦਾ ਹਸ਼ਰ ਥੀਆ ਖੜਾਈ ਸਮਾਨ ਸ਼ਮਾਨ ਸ਼ਾਪਿੰਗ ਵੀ ਲੰਬੀ ਹੈ ਜਰਾ ਕਿਉਂਕਿ ਸ਼ਾਦੀਆਂ ਫੈਮਲੀ ਵਿੱਚ ਵੀ ਸ਼ਾਦੀਆਂ ਉਹ ਵੀ ਸ਼ਾਪਿੰਗ ਕਰਨੀ ਹੈ ਕੋਈ ਜੁਐਲਰੀ ਇਹਨਣੀ ਹੈ ਕੋਈ ਮਤਲਬ ਪਾਰਲਰ ਦਾ ਸਮਾਨ ਚੀਜ਼ਾਂ ਖਤਮ ਥੇ ਪਿਆਨ ਉਹ ਗਿਨਣੇ ਆ ਬਸ ਇਵੇਂ ਕਰਦੇ ਕਰਦੇ ਇਹ ਜੀ ਮੁxtਲਿਫ ਵੈਰਾਈਟੀਆਂ ਪਸੰਦ ਕਿਤੇ ਮੇਰੀ ਬੇਟੀਆ ਕਿ ਮਮਾ ਪਲੀਜ਼ ਕਿਸੇ ਕੋ ਪਸੰਦ ਚੀਜ਼ ਕੋ ਕਰ ਲੋ ਮੇਕੋ ਆਂਦੀ ਬੜੀ ਮੁਸ਼ਕਿਲ ਨਾਲ ਚੀਜ਼ੇ ਮੈਂ ਆਦੀਆਂ ਕੋਈ ਚੀਜ਼ ਅੱਛੀ ਹੀ ਨਾ ਜਿਹੜੀ ਪਾਇਦਾਰ ਹੋਵੇ ਜਿਹੜੀ बंदा चीज़ से ही पैसा भी लाए तो पाएदारी हो चार चल ना के वो मिसाल आवाने सस्ता रोवे एक सस्ता रोवे बार बार तो महंगा रोवे एक बार तो बेशक महंगी हो चीज़ अच्छी हो ते मैं कपड़े भी गिनने बालों के अपने भी कपड़े गिधन मैं फुल ब्लॉग बढ़ाए मेरी बेटी ने माशा मैं जड़े नाल, नाल अपनी खरीद फरोख भी की ਤੇ ਉਹ اچھی ਵੈਰਾਈਟੀ ਆਈ ਪਈ ਉਹ اچھی ਲੇਕਿਨ ਇਹ ਮਹਿੰਗਾਈ ਦਾ ਅਤ ਕਿਤੀ ਖੜੇ ਇਤਨੀ ਮਹਿੰਗਾਈ ਕਰ ਦਿੱਤੀ ਹੈ ਨਾ ਕਿ ਚੀਜ਼ ਬੰਦਾ ਗਿੰਦੇ ਸੁਚੇਂਦੇ ਹੁਣ ਉਹ ਚੀਜ਼ ਕਹਿੰਦੀ ਕਿ ਨਾ ਚੀਜ਼ ਵੀ ਇਤਨੀ ਖਾਸ ਕਹਿੰਨੀ ਮਿਲਦੀ ਲੇਕਿਨ ਇਹ ਕੀਪ ਬ੍ਰੇਡ ਇਤਨੇ ਹੁੰਨ ਕਿ ਬਸ ਨਾ ਪੁੱਛੋ ਤੇ ਇਹ ਜੀ ਮੈਂ ਜੁੱਤੀਆਂ ਵੀ ਜਿੱਥੇ ਪੜੇ ਪਿਆਰੇ ਪਿਆਰੇ ਜੁੱਤੀਆਂ ਵੀ ਆਏ ਖੜੇ ਆਂ ਤੇ ਜੁੱਤੀਆਂ ਖੁੱਸੇ ਤੇ ਮਾਸ਼ਾਅੱਲਾ ਬਹੁਤ ਪਿਆਰੇ ਆ ਜਿਹੜਾ ਦੇ ਚੀਜ਼ ਦੇਖ ਕੇ ਬੰਦਾ ਦਿਲ ਕਰੇਂਦੇ ਇਹ ਗਿੰਨ ਗਿਨੂ ਇਹ ਗਿੰਨ ਗਿਨੂ ਲੇਕਿਨ ਆਪਣੀ ਬਜਟ ਦੇ ਹਿਸਾਬ ਨਾਲ ਚੱਲਣਾ ਪਉਂਦੇ ਆਪਣੇ ਜੇਬ ਦੇ ਹਿਸਾਬ ਨਾਲ ਚੱਲਣਾ ਪਉਂਦੇ ਕਿਉਂਕਿ ਸਾਰੇ ਖਰਚਾ ਇੱਕ ਨਹੀਂ ਹੁੰਦਾ ਸੋ ਖਰਚੇ ਸਭ ਕੁ ਕਰਨੇ ਪਉਂਦੇ ਦੇ ਦੇਖਣਾ ਪਉਂਦੇ ਮਾਵਾਂ ਕੋ ਖਾਸ ਤੌਰ ਤੇ ਮਾਂ ਵੀ ਕੋ ਦੋਹੇ ਕੋ ਵੀ ਆਪਣੀ ਜਗ੍ਹਾ ਤੇ ਕਰਦੇ ਤੇ ਮਾਂ ਵੀ ਆਪਣੀ ਜਗ੍ਹਾ ਤੇ ਕਰਦੇ ਕਿ ਘਰ ਦੀ ਚੀਜ਼ ਵੀ ਮੇਰੇ ਨਾਲੇ ਬੱਚਿਆਂ ਦੀ ਖਾਹਿਸ਼ ਵੀ ਪੂਰੀ ਥੀ ਬਨੇ ਤੇ ਸਾਕੂ ਮਨਾ ਸੇਬ ਹੁੰਦੇ ਵੀ ਤੇ ਮਨੇ ਉਹਦੇ ਬਾਅਦ ਮੈਂ ਜੀ ਪਾਲਰ ਦਾ ਸਮਾਨ ਲੀਟੇ ਹੁੰਦੇ ਸ਼ਲੇਸ਼ਸ ਵਗੈਰਾ ਕਿਉਂਕਿ ਬ੍ਰਾਈਡਲ ਅਜਕਲ ਹਿੰਦੇ ਹੁੰਦੀ ਵਜ੍ਹਾ ਕੋਲ ਨੇ ਲੈਸ਼ਸ ਜਿਹੜੇ ਅੱਛੇ ਵਾਲੇ ਅਜਕਲ ਨਾ ਬ੍ਰਾਈਡਲ ਬੜੇ ਵਹਿਮੀ ਆ ਗਏ ਪਹਿਲੇ ਵਾਲੇ ਤਾਂ ਬ੍ਰਾਈਡਲ ਬੁਲੇਦੇ ਹੀ ਕਹਨਾਂ ਜਬ ਕਰਦੇ ਬੈਠੇ ਰਹਨੇ ਲੱਗੇ ਨੇ ਇਹ ਕਿ ਅੱਜ ਦੇ ਤਾਂ ਹਰ ਚੀਜ਼ ਵਿੱਚ ਬੁਲੇ ਨੇ ਕਿ ਇਨ ਕਾਰਡੋ ਤੇ ਇਨ ਕਾਰਡੋ ਤੇ ਇਨ ਲੈਸ਼ ਜਿਹੜੀ ਆਲੀ ਹੋਵੇ ਤੇ ਬਲਸ਼ ਹੋਣੀ ਸਟਾਈਲ ਦਾ ਹੋਵੇ ਤੇ ਇ ਤੇ ਜੀ ਉਹ ਸਮਾਨ ਸ਼ਮਾਨ ਕੀ ਦੇਵਲ ਮੈਂ ਜੀ ਬੱਚਿਆਂ ਦਾ ਕਪੜੇ ਗਿਣਨੇ ਆ ਮੈਂ ਉਹ ਉਹ ਜਗ੍ਹਾ ਇਹਨਾਂ ਪਤਾ ਹੈ ਕਿ ਇਹ ਝਿਕ ਹੁੰਦੀ ਹੈ ਜਦ ਤੱਕ ਬੱਚਾ ਛੋਟਾ ਰਹਿੰਦੇ ਨਾ ਉਹ ਕੋ ਰੈਡੀमेड ਕਪੜੇ ਪਵਾ ਦੇਂਦੇ ਅੱਛਾ ਲੱਗਦੇ ਐਂ ਚੀ ਲੋਕਾਂ ਦੇ ਜਿਹੜੇ ਬੱਚੇ ਥੋੜੇ ਵੱਡੇ ਥੀ ਨੇ ਨਾ ਵੱਲ ਦਿਲ ਕਰਦੇ ਖਾਸ ਤੌਰ ਤੇ ਬੱਚਿਆਂ ਕੋ ਕਿ ਭਈ ਆਪਣੀ ਮਰਜ਼ੀ ਤੇ ਟੇਲਰ ਕੋ ਲੂ ਸਿਵਾ ਤੇ ਅੱਛੇ ਸਟਾਈਲਿਸ਼ ਹੋਣ ਕਿਉਂਕਿ ਅੱਜ ਕੱਲ ਜਿਹੜਾ ਬੱਚੇ ਐਂਚ ਕੰਪੀਟੀਸ਼ਨ ਹੈ ਫਲਾਣੇ ਨੇ ਇਹ ਪਾਤਾ ਤੇ ਉਹਨੇ ਇਹ ਕਲਰ ਦਾ ਪਾਤਾ ਤੇ ਇਵੇਂ ਹੋ ਤੀ ਵੰਦੇ ਤੇ ਰੈਲੇਟਿਵ ਜਿਹੜੇ ਵੇਲੇ ਸ਼ਾਦੀਆਂ ਆਵਨ ਮਲ ਦਾ ਦਿਲ ਕਰਦੇ ਅੱਛੇ ਕੋ ਲੋ ਅੱਛੀ ਚੀਜ਼ ਬੰਦਾ ਪਾਵਨੇ ਫੈਮਿਲੀ ਹੈ ਮਲ ਥੋੜਾ ਟਾਈਮ ਵੀ ਕੱਢਣਾ ਪਉਂਦੇ ਆਪਣਾ ਤੇ ਮਾਸ਼ਾਅੱਲਾ ਇਤਨੇ ਪਿਆਰੇ ਕੱਪੜੇ ਆਏ ਪਿਆਨਾ ਉਹਤੇ ਬਹੁਤ ਜ਼ਿਆਦਾ ਪਿਆਰੇ ਕਪੜੇ ਮੈਂ ਜਿਹੜਾ ਹੈ ਨਾ ਆਪਣੇ ਅਸੇ ਇੱਕ ਨੂੰ ਸੂੜੀ ਦੇ ਆਪਣੀ ਬੇਟੀ ਆਸੇ ਕਿਤੇ ਤੇ ਚੀਜ਼ਾਂ ਖਰੀਦ ਫਰੋਦ ਕਰੇ ਦੇ ਕਰੇ ਦੇ ਬੜੇ ਸਾਰੇ ਜਿਹੜਾ ਨਾ ਪੇਰ ਥੱਕ ਗਿਆ ਮੇਰੀ ਖਾਸ ਤੌਰ ਤੇ ਮੇਰੀ ਬੇਟੀ ਦੇ ਉਹ ਫਸਟ ਟਾਈਮ ਗਈ ਹੈ ਉਹ ਕੋ ਕਹਿਣਾ ਪਤਾ ਹੈ ਕਿ ਬਾਜ਼ਾਰ ਦਾ ਇਹ ਮਹੌਲਾ ਦੇ ਤੇ ਮੈਂ ਕੋ ਬਾਰ ਬਾਰ ਕਿ ਮम्मा ਇਤਨੀ ਜਿਹੜਾ ਨਾ ਰਸ਼ ਵਿੱਚ ਕਿਵੇਂ ਚੱਲਦੇ ਹੈ ਕਿ ਬੇਟਾ ਜਿਹੜੇ ਵੇਲੇ ਜ਼ਰੂਰਤ ਦੇ ਚੀਜ਼ਾਂ ਨਹੀਂ ਗਿਣਨੇ ਆ ਸੇ ਨਿਕਲ ਨਜ਼ਰ ਨਹੀਂ ਆਂਦਾ ਜਿਹੜੇ ਵੇਲੇ ਔਰਤ ਸ਼ਾਪਿੰਗ ਆ ਸੇ ਨਿਕਲਦੀ ਹੈ ਨਾ ਵਾ ਲੋ ਕੋਈ ਰਸ਼ ਵਸ਼ ਨਜ਼ਰ ਨਹੀਂ ਆਂਦਾ ਤੇ ਇਹੀ ਤਰ੍ਹਾਂ ਮੈਂ ਨੇਲ ਪੇਂਟ ਵੀ ਗਿਦੇ ਤੇ ਮੈਂ ਲੈਸ਼ਸ ਜ਼ਿਆਦਾ ਮੈਨੂੰ ਜ਼ਰੂਰਤ ਹੈ ਇਹ ਲੈਸ਼ਸ ਦੀ ਵੀ ਤੇ ਗਲੂ ਹੁੰਦੀ ਲੈਸ਼ਸ ਗਲੂ ਦੀ ਤੇ ਉਹਦੇ ਬਾਅਦ ਜੀ ਵਾਲਾਂ ਦੇ ਡੋਨਰ ਸ਼ਾਰਨਰ ਤੇ ਉਹਨਾਂ ਦੇ ਮਤਲਬ ਇੰਨ ਤਰ੍ਹਾਂ ਦੀਆਂ ਚੀਜ਼ਾਂ ਦੀ ਜ਼ਰੂਰਤ ਹੈ ਮੈਂ ਉਹ ਵਲ ਰਗੀਲਾ ਬਾਜ਼ਾਰ ਵਿੱਚ ਮੇਰੀ ਇੱਕ ਦੁਕਾਨ ਹੈ ਮਕਸੂਦ ਮੈਂ ਉਥੋਂ ਅਕਸਰ ਮੰਤ ਸਮਾਨ ਸਮਾਂਗਿੰਦੀ ਆ ਉਹਦੇ ਬਾਅਦ ਜੀ ਮੈਂ ਗਿਦੇ ਆਪਣੇ ਸੂਟalse ਪੈਨਲ ਉਹ ਜਿਹੜੇ ਪੈਚ ਸੌਰੀ

ਤੇ ਲੇ ਘੇਰੇਚ ਲਾਮਣਾ ਸੇ ਤੇ আজকাল ਬੜੇ ਲੌਂਗ ਸ਼ਰਟਾਂ ਚਲਦੇ ਪੈ ਫੈਸ਼ਨ ਦੇ ਹਿਸਾਬ ਨਾਲ ਤੇ ਜਿਹੜਾ ਨਾ ਉਹ ਪੈਜ ਵਗੈਰਾ ਕੀ ਦੇ ਸਾਕੂ ਤਕਰੀਬਨ ਸਤਵਾਰ ਦੀ ਵਾਰ ਕੀ ਸਾਕੂ ਮਾਰਕੀਟ ਚ ਇਹਦੇ ਵਿੱਚੋਂ ਜਿਹੜਾ ਨਾ ਮੇਰੀ ਬੇਟੀ ਦਾ ਕਾਲ ਆ ਗਈ ਕਿ ਮੰਮਾ ਕਸਟਮਰ ਆਏਵੇਂ ਆਂ ਔਰ ਆਪ ਜਲਦੀ ਆਨੇ ਕਰ ਉਹ ਥਕਾਵਟ ਉਥੇ ਹੀ ਰਹਿ ਗਈ ਜੀ ਬਸ ਆਂ ਬਾਜ਼ਾਰ ਚੋਂ ਔਕੇ ਸੋਕੇ ਨਿਕਲੇ ਕਿਉਂਕਿ ਰਸ਼ ਇਤਨਾ ਜ਼ਿਆਦਾ ਆ ਇਤਨਾ ਜ਼ਿਆਦਾ ਆ ਕਿ ਨਾ ਪੁੱਛੋ ਇੱਕ ਜਗ੍ਹਾ ਕਰੂ ਦੂਜੀ ਜਗ੍ਹਾ ਵੰਦੇ ਟਾਈਮ ਲੱਗਦਾ ਤੇ ਥੋੜਾ ਬਹੁਤ ਅਸਰ ਰਸਤੇ ਚ ਖਾਦਾ ਕਿਉਂਕਿ ਬੇਟੀ ਨਾ ਲਈ ਉਹ ਨੂੰ ਖਵਾਉਣਾ ਲਾਜ਼ਮੀ ਹੈ ਕਿਉਂਕਿ ਉਹ ਵਿਚਾਰੀ ਬੇਟੀਆਂ ਛੋਟੇ ਹਨ ਹਾਲੀ ਤੇ ਉਹ ਨਾਲ ਦਾ ਖੁਸ਼ੀ ਨਾਲ ਟੁਰ ਪਈ ਮਮਾ ਮਾਰਕੀਟ ਲੈ ਕੇ ਜਾ ਰਹੀ ਹੈ ਤੇ ਜੜਾ ਹੈ ਨਾ ਬਸ ਵੱਲ ਗੋਏ ਡਿਠੇ ਇਹ ਰਸ਼ ਇਤਨਾ ਹੈ ਨਾ ਸਾਡਾ ਬਾਰ-ਬਾਰ ਆਟੋ ਰੁਕਵਿੰਦਾ ਹੈ ਇਤਨਾ ਰਸ਼ ਹੁੰਦਾ ਹੈ ਕਿ ਉਹ ਜੀ ਜਿਹੜੀ ਟ੍ਰੈਫਿਕ ਪੁਲਿਸ ਵਾਲੇ ਆਨੇ ਹਾਂ ਤੇ ਉਹਨਾਂ ਨੂੰ ਹਟਾ ਕੇ ਵੱਲ ਕਾਫੀ ਧੀਰ ਲੱਗਦੀ ਹੈ ਤੇ ਉਹਦੇ ਬਾਅਦ ਨਿਕਲਦੇ ਆਸੇ ਤੇ ਬਰਹਾਲ ਉਹੋ ਛਾਰਾ ਮੇਰੀ ਬੇਟੀ ਨੂੰ ਮਜ਼ਾ ਆਇਆ ਉਹਨੇ ਕਿ ਗਾਰੇ ਚਾਤੇ ਬਾਅਦ ਜਿਹੜੇ ਥਕਾਵਟ ਲੈ ਗਈਏ ਵੱਲ ਮੇਰੇ ਬੇਟੇ ਆ ਕਿ ਮਮਾ ਇੰਜੋਏ ਕੀਆ ਅੱਛਾ ਲੱਗਾ ਹੈ ਮਾਰਕੀਟ ਮੇ ਨਾ ਚੀਜ਼ੇ ਮਤਲਬ ਬੰਦੇ ਦੇਖਤੇ ਔਰਤਾ ਸ਼ਾਪਿੰਗ ਕਰਦੇ ਪਏ ਉਹਨਾਂ ਚੀਜ਼ਾਂ ਦੇਖਤੇ ਬੱਚੇ ਅੱਧ ਤੇ ਮੈਂ ਕੁ ਵੀ ਜੜੇ ਚੀਜ਼ਾਂ ਲੇਕਿਨ ਵੱਲ ਵੀ ਬਾਜ਼ਾਰ ਮਨੋ ਕੋਈ ਨਾ ਕੋਈ ਚੀਜ਼ ਭੁੱਲਵਿੰਦੀ ਹੈ ਤੇ ਮੈਂ ਵੀ ਰੁੱਥ ਰਹੀ ਚੀਜ਼ਾਂ ਭੁੱਲ ਗਈਆਂ ਲੇਕਿਨ ਮੈਂ ਕਿ ਬਸ ਹੁਣ ਮੇਰੀ ਥਕਾਵਟ ਪੇਰਾ ਹੈ ਜਿਦਾ ਤੀ ਨਾ ਕਰੇ ਤਾਂ ਥਕਾਵਟ ਕੱਲ ਹੁਣ ਕੋਈ ਚੀਜ਼ ਨਹੀਂ ਕਰ ਸਕਦੀ ਆਮਰ ਸੇ ਤੀਜੀ ਮੈਂ ਥਕਾਵਟ ਹੀ ਨਹੀਂ ਲਈ ਮੇਰੇ ਕਸਟਮਰ ਅਗੋ ਆਏ ਬੈਠੇ ਹਨ ਉਹਨਾਂ ਦੇ ਬੱਚਿਆਂ ਦੀ ਕਟਿੰਗ ਕਰਨੀ ਹੈ ਤੇ ਜੀ ਮੈਂ ਕਟਿੰਗ ਕੀਤੀ ਹੈ ਬੱਚੀ ਸਕੂਲ ਚ ਮਤਲਬ ਸਕੂਲ ਦੀ ਹੈ ਤੇ ਉਹ ਜਿਹੜੇ ਹਨ ਕਾਲਜ ਦੀ ਹੈ ਨਾ ਸਕੂਲ ਦੀ ਬੱਚੀ ਹੈ ਤੇ ਉਹਨੇ ਗਾਰੰਟੀ ਮੈਂ ਦੂ ਚੱਕਰ ਲਾ ਚੁੱਕਿਆ ਤੁਹਾਡੇ ਘਰ ਦੇ ਤੁਸੀਂ ਕਹਿਣਾ ਆਵੇ ਉਤੇ ਮੈਂ ਹੁਣ ਖੜ ਗਈ ਆ ਮੈਂ ਕਿਉਂ ਨਾ ਆਂਟੀ ਆਵੇ ਸੀ ਤਾਂ ਮੈਂ ਬੈਠੀ ਆ ਮੈਂ ਕਰਵਾਤੇ ਵੈਸਾ ਤੇ ਬਸ ਵਲ ਜ਼ਾਹਿਰ ਹੈ ਆਪਣੀ ਰੋਜ਼ੀ ਕੁ ਵੀ ਦੇਖਣਾ ਪਉਂਦੇ ਰੋਜ਼ੀ ਇਹ ਵੀ ਹੈ ਸਾਰੀ ਰੋਜ਼ੀ ਰਿਸਕ ਦਾ ਮਸਲਾ ਹੈ ਜਿੰਦੇ ਵਿੱਚੋਂ ਅਸਾਂ ਮਤਲਬ ਸਾਰਾ ਕੁਝ ਚਲਦੇ ਪਿਆ ਤੇ ਮੈਂ ਉਹਦੀ ਕਟਿੰਗ ਕੀਤੀ ਮਾਸ਼ਾਅੱਲਾ ਉਹਨਾਂ ਨੂੰ ਇਤਨੀ ਪਸੰਦ ਆਈ ਹੈ ਇਤਨੀ ਪਸੰਦ ਆਈ ਹੈ ਉਹ ਤਾਰੀਫਾਂ ਕਰਨ ਲੱਗ ਪਏ ਗਏ ਕਿ ਆਂਟੀ ਤਾ ਕੋ ਕੀ ਪਤਾ ਮੇਰੀ ਅੰਮੀ ਤਾਂ ਹਰ ਕਈ ਕੁ ਦਸਨ ਕਿ ਬਈ ਸਾਰੇ ਘਰ ਦੇ ਨਾਲ ਨਾ ਪੋਲਰ ਹੈ ਤੇ ਜਿਹੜਾ ਨਾ ਬਹੁਤ ਅੱਛੀ ਕਟਿੰਗ ਕਰੇ ਨੇ ਤੇ ਤੋ ਸਭ ਤੋਂ ਆਪਣੀ ਸਭ ਫੈਮਿਲੀ ਕੁ ਦਸਾਇਆ ਤੇ तो को मेरा चैनल मेरा वीडियो पसंद आई होाने पसंद आए हो, कोई मेरे च, कोई वो नज़ार आए तो मैं को लाजमी कमेंट कर दिता करो मैं को दसा करो तक तो कि शहर छू वे कितों दे दें तो मेरे चैनल को लाइक तो सबसक्राइब लाजमी कर दिता करो ਤੋਰੀਨਾ ਇਹ ਜਿਹੜੇ ਲਾਈਕ ਤੇ ਜਾਂ ਕਮੈਂਟਸ ਨਾਲ ਸਾਕੋ ਹੇਕ ਹਿੰਮਤ ਆਵੰਦੀ ਏ ਹੌਸਲਾ ਆਵੰਦੇ ਕਿ ਕੋਈ ਸਾਕੋ ਦੇਦਾ ਬੈਠੇ ਸਾਕੋ ਪਸੰਦ ਕਰੇਂਦੇ ਸਾਡੇ ਸਾਕੋ ਕਮੈਂਟਸ ਕਰੇਂਦੇ ਤੇ ਕੋਈ ਗਲਤੀ ਲਕੇ ਤਾਂ ਮਾਜ਼ਰਤ ਸਾਕੋ ਉਹ ਵੀ ਦਾ ਸਿੱਤਾ ਕਰੋ ਕਿਥਾਂ ਆਸਾ ਐਂਡ ਵਿਚ ਮੈਂ ਸਭ ਕੋ ਮੈਂ ਦੁਆ ਦੇਸਾਂ ਅੱਲਾ ਸੇ ਤੁੱਕੋ ਆਪਣੇ ਘਰ ਅਛਾ ਸਬਾਦ ਰੱਖੇ ਖੁਸ਼ ਰੱਖੇ ਅੱਲਾ ਹਾਫਿਜ਼